ਹੈਲੋ ਦੋਸਤੋ, ਇਹ ਹੈ ਮਹਿਰਾ ਵੀਡੀਓਜ਼ ਦਾ ਹੈਲਪ ਡੈਸਕ। ਅਤੇ ਦੋਸਤੋ, ਅੱਜ ਦਾ ਇਹ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸੁਜੈਸ਼ਨ ਦਿੰਦਾ ਕਿ ਜੇ ਮੰਨ ਲਓ ਤੁਸੀਂ ਚਾਹੁੰਦੇ ਹੋ ਕਿ ਹਰ ਨਵੀਂ ਵੀਡੀਓ ਦੀ ਅਪਡੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ, ਤਾਂ ਇਹਦੇ ਲਈ ਤੁਸੀਂ ਕਰਨਾ ਕੀ ਆ, ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਦੋਸਤੋ, ਇਹ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਫਾਇਦਾ ਇਹ ਹੋਊਗਾ ਕਿ ਜਦੋਂ ਬਾਅਦ ਅਸੀਂ ਕੋਈ ਵੀ ਨਵੀਂ ਵੀਡੀਓ ਲੈ ਕੇ ਆਵਾਂਗੇ ਤਾਂ ਉਹਦੀ ਜਾਣਕਾਰੀ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੂਗੀ। ਅਤੇ ਦੋਸਤੋ, ਹੁਣ ਆਪਾਂ ਵੱਧਦੇ ਆਪਣੇ ਚੈਪਟਰ ਦੇ ਵੱਲ। ਦੋਸਤੋ, ਅੱਜ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ PSPCL ਦੇ ਵਿੱਚ ਪੋਸਟਾਂ ਆਈਆਂ ਸੀ, ਜਿਸ ਦੇ ਵਿੱਚ JEE ਅਤੇ SSA ਦੀਆਂ ਪੋਸਟਾਂ ਸੀ, ਮਤਲਬ ਜੂਨੀਅਰ ਇੰਜੀਨੀਅਰ ਅਤੇ ਸਬ ਸਟੇਸ਼ਨ ਅਟੈਂਡੈਂਟ ਦੀਆਂ ਪੋਸਟਾਂ ਸੀ। ਦੋਸਤੋ, ਇਹਨਾਂ ਦਾ ਰਿਜ਼ਲਟ ਆ ਚੁੱਕਿਆ। ਅਤੇ ਦੋਸਤੋ, ਇਹਦਾ ਜਿਹੜਾ ਰਿਜ਼ਲਟ ਹੈ ਉਹ ਮੈਂ ਇਹ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ। ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਬਸ ਲਿੰਕ 'ਤੇ ਕਲਿੱਕ ਕਰਕੇ JEE ਜਾਂ ਫਿਰ SSA ਦਾ ਜੋ ਵੀ ਰਿਜ਼ਲਟ ਹੈ ਉਹ ਤੁਸੀਂ ਦੇਖ ਸਕਦੇ ਹੋ। ਦੇਖੋ ਦੋਸਤੋ, ਹੁਣ ਮੈਂ ਤੁਹਾਨੂੰ ਰਿਜ਼ਲਟ ਵੀ ਦਿਖਾਉਣਾ। ਦੇਖੋ ਦੋਸਤੋ, ਜਦੋਂ ਮੰਨ ਲਓ ਤੁਸੀਂ ਲਿੰਕ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਅੱਗੇ ਦੋ ਲਿਸਟਾਂ ਸ਼ੋ ਹੋਣਗੀਆਂ, ਇੱਕ JEE ਦੀ ਹੋਏਗੀ ਅਤੇ ਇੱਕ SSA ਦੀ ਹੋਏਗੀ। ਦੋਸਤੋ ਦੇਖੋ, ਇਹ ਜਿਹੜੀ ਸਾਰੀ ਲਿਸਟ ਹੈ ਇਹ JEE ਦੀ ਹੈ, ਅਤੇ ਜਿਹੜੀ ਦੂਸਰੀ ਲਿਸਟ ਹੈ ਉਹ ਸਾਰੀ SSA ਦੀ ਹੈ। ਦੋਸਤੋ, ਇਹ ਦੋ ਰਿਜ਼ਲਟ ਨੇ ਦੋ ਡਿਪਾਰਟਮੈਂਟਾਂ ਦੇ, SSA ਅਤੇ JEE ਦੇ। ਅਤੇ ਦੋਸਤੋ, ਇਹਨਾਂ ਦੋਨਾਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਨੇ, ਤੁਸੀਂ ਕਲਿੱਕ ਕਰਕੇ ਜਦੋਂ ਤੁਸੀਂ ਉਹਦੇ 'ਤੇ ਕਲਿੱਕ ਕਰੋਗੇ ਤਾਂ ਤੁਹਾਡੇ ਅੱਗੇ ਇਹ ਇਸ ਤਰ੍ਹਾਂ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਏਗੀ। ਅਤੇ ਦੋਸਤੋ, ਤੁਸੀਂ ਆਪਣਾ ਨਾਮ ਵਗੈਰਾ ਜਾਂ ਫਿਰ ਰੋਲ ਨੰਬਰ ਵਗੈਰਾ ਦੇਖ ਕੇ ਤੁਸੀਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋ। ਤਾਂ ਦੋਸਤੋ, ਇਹ ਸੀ ਅੱਜ ਦਾ ਆਪਣਾ ਚੈਪਟਰ। ਬਾਕੀ ਦੇ ਚੈਪਟਰ ਦੇ ਲਈ ਮਿਲਦੇ ਹਾਂ ਬਹੁਤ ਜਲਦ। ਤਦ ਤੱਕ ਦੇ ਲਈ ਗੁੱਡ ਬਾਏ।